ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਸੰਸਦ ਵਿੱਚ ਬਿਨਾਂ ਕਿਸੇ ਬਹਿਸ ਦੇ ਟ੍ਰਿਬਿਊਨਲ ਬਿੱਲ ਪਾਸ ਕੀਤੇ ਜਾਣਾ ਇੱਕ ਗੰਭੀਰ ਮੁੱਦਾ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਸੰਸਦ ਵਿੱਚ ਬਿਨਾਂ ਕਿਸੇ ਬਹਿਸ ਦੇ ਪਹਿਲਾਂ ਰੱਦ ਕੀਤੀਆਂ ਗਈਆਂ ਮਾਦਾਂ ਦੇ ਨਾਲ ਟ੍ਰਿਬਿਊਨਲ ਬਿੱਲ ਪਾਸ ਕੀਤੇ ਜਾਣ ਨੂੰ ਇੱਕ ਗੰਭੀਰ ਮੁੱਦਾ ਕਰਾਰ ਦਿੱਤਾ ਅਦਾਲਤ ਨੇ ਕੇਂਦਰ ਨੂੰ ਅਧਿਕਾਰੀਾਂ ਨਿਆਇਕ ਅਤੇ ਤਕਨੀਕੀ ਮੈਂਬਰਾਂ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਹੇ ਅਰਧ ਨਿਆਇਕ ਪੈਨਲ ਦੀ ਨਿਯੁਕਤੀ ਕਰਨ ਦੇ ਲਈ 10 ਦਿਨ ਦਾ ਸਮਾਂ ਦਿੱਤਾ ਉਧਰ ਕਾਂਗਰਸ ਆਗੂ ਅਤੇ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਟ੍ਰਿਬਿਊਨਲ ਸੁਧਾਰ ਕਾਨੂੰਨ 2021 ਦੀਆਂ ਵੱਖ-ਵੱਖ ਤਜਵੀਜ਼ਾਂ ਦੀ ਸੰਵਿਧਾਨਕ ਵਿੱਦਤਾ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਚੀਫ ਜਸਟਿਸ ਐਨਵੀ ਰਮੰਨਾ ਜਸਟਿਸ ਸੂਰੀਆ ਕਾਂਤ ਤੇ ਜਸਟਿਸ ਅਨੁਰੁੱਧ ਬੋਸ ਦੇ ਆਧਾਰਿਤ ਬੈਂਚ ਨੇ ਟ੍ਰਿਬਿਊਨਲ ਸੋਧ ਬਿੱਲ 2021 ਨੂੰ ਬਿਨਾਂ ਬਹਿਸ ਪਾਸ ਕਰਨ ਤੇ ਬਿਨਾਂ ਕੋਈ ਕਾਰਨ ਦੱਸੇ ਸੁਪਰੀਮ ਕੋਰਟ ਨੂੰ ਹੁਕਮਾਂ ਦੀ ਪਲਟਾਉਣ ਦੀ ਗੰਭੀਰਤਾ ਦੇ ਨਾਲ ਲਿਆ ਆਫ ਪਾਕਿਸਤਾਨ ਦੇ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੰਜਾਬ ਬਾਰਡਰ ਤੇ ਚੌਕਸ ਰਹਿਣ ਦੀ ਲੋੜ ਆ ਮਰਿੰਦਰ ਪੰਜਾਬ افغانستان ਦੇ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਾਕਿਸਤਾਨ ਨਾਲ ਲੱਗਦੇ ਪੰਜਾਬ ਬਾਰਡਰਾਂ ਤੇ ਚੌਕਸ ਰਹਿਣ ਦੇ ਸੰਕੇਤ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਾਲਿਬਾਨ ਦੇ ਉਭਾਰ ਨਾਲ ਪੰਜਾਬ ਚੂ ਸ਼ਾਂਤੀ ਚੂ ਰੁਕਾਵਟ ਪਾਉਂਦੀਆਂ ਕੋਸ਼ਿਸ਼ਾਂ ਤੇਜ਼ ਹੋ ਸਕਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹਨਾਂ ਨੇ ਸੂਬਾ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੂੰ ਸਭ ਪੰਜਾਬ ਸਰਹੱਦ ਤੇ ਅਲਰਟ ਜਾਰੀ ਰਹਿਣ ਦੇ ਲਈ ਕਹਿ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਨੇ ਘਟਨਾ ਕਰਮ ਨੂ ਪੰਜਾਬ ਸਰਕਾਰ ਨੇ ਗੰਭੀਰਤਾ ਨਾਲ ਲਿਆ ਪਰ ਹੁਣ ਸਾਨੂੰ ਸਰਹੱਦਾਂ ਤੋਂ ਹੋਰ ਵੀ ਵਧੇਰੇ ਚੌਕਸ ਰਹਿਣਾ ਹੋਵੇਗਾ ਤਾਲਿਬਾਨ ਦੇ ਖਤਰੇ ਨੂੰ ਗੰਭੀਰਤਾ ਦੇ ਨਾਲ ਲੈਣਾ ਹੋਵੇਗਾ ਪਿੰਕੀ ਦੀ ਅਗਵਾਈ ਦੇ ਵਿੱਚ ਲਗਭਗ 20 ਪਰਿਵਾਰਾਂ ਨੇ ਅਕਾਲੀ ਦਲ ਦੀ ਤਕੜੀ ਨੂੰ ਛੱਡ ਕੇ ਕਾਂਗਰਸ ਦਾ ਫੜਿਆ ਹੱਥ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਦੇ ਵਿੱਚ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਪਿੰਡ ਦੂਲਾ ਸਿੰਘ ਵਾਲਾ ਦੇ ਲਗਭਗ 20 ਪਰਿਵਾਰਾਂ ਨੇ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਅਕਾਲੀ ਦਲ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਵੀ ਪਰਿਵਾਰਾਂ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਵਿਧਾਇਕ ਪਰਮੇਂਦਰ ਪਿੰਕੀ ਦੀ ਅਗਵਾਈ ਵਿੱਚ ਪਿੰਡ ਦੇ ਸਰਪੰਚ ਦیدار ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਹਨ ਉਹਨਾਂ ਨੇ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਸਮਾਜ ਤੇ ਹਰ ਵਰਗ ਦੀ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਉਹਨਾਂ ਦਾ ਸਮਰਥਨ ਕਰਨ ਲਈ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਕਿਸਾਨੀ ਸੰਘਰਸ਼ ਕਰਨ ਆਪਨੇ ਰਖੜ ਪੁੰਨਿਆ ਮੌਕੇ ਹੋਣ ਵਾਲੀ ਲੈ ਰੈਲੀ ਨੂੰ ਕੀਤਾ ਰੱਦ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਤਿੰਨ ਰੋਜਾ ਮੇਲਾ ਰਖੜ ਪੁੰਨਿਆਂ ਮੌਕੇ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾਣ ਵਾਲੀ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਾਪਾ ਬਕਾਲਾ ਸਾਹਿਬ ਤੋਂ ਆਪ ਦੇ ਹਲਕਾ ਇੰਚਾਰਜ ਦਲਬੀਰ ਟੌਂਗੜੇ ਆਪ ਦੇ ਸੀਨੀਅਰ ਆਗੂ ਸਰਜੀਤ ਕੰਗ ਨੇ ਸਾਂਝੇ ਤੌਰ ਤੇ ਦੱਸਿਆ ਕਿ ਕਿਸਾਨੀ ਸੰਘਰਸ਼ ਦੇ ਚੱਲਦੇ ਆਪ ਦੀ ਹਾਈ ਕਮਾਂਡ ਨੇ 22 ਅਗਸਤ ਨੂੰ ਇੱਥੇ ਹੋਣ ਵਾਲੀ ਰੈਲੀ ਨੂੰ ਰੂਸ ਵੱਜੋਂ ਰੱਦ ਕਰ ਦਿੱਤਾ ਹੈ जेएनयू ਚੂਦੂ ਪੜਨ ਵਾਲੇ ਅਫਗਾਨੀ ਵਿਦਿਆਰਥੀਆਂ ਨੇ ਭਾਰਤ ਸਰਕਾਰ ਤੋਂ ਵੀਜ਼ਾ ਵਧਾਉਣ ਦੀ ਕੀਤੀ ਮੰਗ ਜਵਾਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਆਫਗਾਨਿਸਤਾਨ ਦੇ ਕਰੀਬ 25 ਵਿਦਿਆਰਥੀ ਹੁਣ ਭਾਰਤ ਸਰਕਾਰ ਤੋਂ ਵੀਜ਼ਾ ਵਧਾਉਣ ਦੀ ਅਪੀਲ ਕਰ ਰਹੇ ਹਨ ਇਹਨਾਂ ਵਿਦਿਆਰਥੀਆਂ ਦਾ ਵੀਜ਼ਾ ਅਗਲੇ 2 ਮਹੀਨਿਆਂ ਵਿੱਚ ਖਤਮ ਹੋ ਜਾਵੇਗਾ ਜਿਸ ਵਿੱਚ ਤਾਜ਼ਾ ਅਫਗਾਨਿਸਤਾਨ ਦੇ ਹਾਲਾਤਾਂ ਦੀ ਵਜ੍ਹਾ ਨਾਲ ਇਹ ਵਾਪਸ ਜਾਣ ਨੂੰ ਤਿਆਰ ਨਹੀਂ ਹਨ ਹੁਣ ਇਹਨਾਂ ਲੋਕਾਂ ਨੇ ਵੀਜ਼ਾ ਐਕਸਟੈਂਡ ਕਰਨ ਦੀ اپੀਲ ਕੀਤੀ ਆ ਉੱਤੇ ਹੀ ਇਹਨਾਂ ਵਿਦਿਆਰਥੀ ਲਗਾਤਾਰ ਆਪਣੇ ਪਰਿਵਾਰਾਂ ਦੇ ਨਾਲ ਸੰਪਰਕ ਵਿੱਚ ਹਨ ਜੋ ਇਹਨਾਂ ਨੂੰ ਉੱਥੇ ਖਰਾਬ ਹੁੰਦੇ ਹਾਲਾਤ ਦੀ ਜਾਣਕਾਰੀ ਦੇ ਰਹੇ ਹਨ ਆਫ ਪਾਕਿਸਤਾਨ ਦੇ ਵਿੱਚ ਹਾਲਾਤ ਦੇ ਨਾਲ ਭਾਰਤ ਵਿੱਚ ਪੜ੍ਹਾਈ ਕਰ ਰਹੇ ਫਰਗਾਨੀ ਵਿਦਿਆਰਥੀਆਂ ਦੀ ਚਿੰਤਾ ਬਹੁਤ ਵਧ ਗਈ ਆ ਸੀਆਈਐਸਸੀਈ 10ਵੀਂ ਅਤੇ 12ਵੀਂ ਦੀ ਇੰਪਰੂਵਮੈਂਟ ਅਤੇ ਕੰਪਾਰਟਮੈਂਟ ਪ੍ਰੀਖਿਆ ਦੇ ਸ਼ਡਿਊਲ 'ਚ ਬਦਲਾਅ ਇੱਥੇ ਕਰੋ ਚੈੱਕ ਕਾਉਂਸਲ ਫੋਰ Indian School Certificate Examination ਵੱਲੋਂ Indian School Certificate of Secondary ਪ੍ਰੀਖਿਆ ਤੇ Indian School Certificate ਦੇ ਵਿਦਿਆਰਥੀਆਂ ਨੂੰ ਇੰਪਰੂਵਮੈਂਟ ਅਤੇ ਕੰਪਾਰਮੈਂਟ ਪ੍ਰੀਖਿਆ ਆਯੋਜਿਤ ਕਰ ਰਹੀ ਹੈ ਤੇ ਇਹ ਪ੍ਰੀਖਿਆ 16 ਅਗਸਤ ਤੋਂ ਸ਼ੁਰੂ ਹੋਈ ਸੀ ਇਸ ਦੌਰਾਨ ICSE ਦੇ ਅਧਿਕਾਰਤ ਵੈੱਬਸਾਈਟ ICSE.org ਤੇ 20 ਅਗਸਤ 2021 ਨੂੰ ਹੋਣ ਵਾਲੀ ਇੰਪਰੂਵਮੈਂਟ ਕੰਪਾਰਮੈਂਟ ਪ੍ਰੀਖਿਆ ਦੀ ਰਿਜ਼ਰਵਡ ਟਾਈਮ ਟੇਬਲ ਜਾਰੀ ਕੀਤਾ ਹੈ ਅਧਿਕਾਰਤ ਨੋਟਿਸ ਜਾਰੀ ਕੀਤਾ ਗਿਆ ਹੈ ਸੋ ਆਈ ਸੀ ਐਸ ਸੀ ਤੇ ਐਸ ਆਈ ਐਸ ਸੀ ਇੰਪਰੂਵਮੈਂਟ ਐਂਡ ਕੰਪਾਇਰਮੈਂਟ ਪ੍ਰੀਖਿਆ 2021 2020 ਦੇ ਵਿੱਚ ਹੋਣ ਦੇ ਵਿੱਚ ਜਿਹੜੀ 20 ਅਗਸਤ ਤੇ 11 ਅਗਸਤ ਨੂੰ ਕਰ ਦਿੱਤੀ ਗਈ ਹੈ ਰਾਸ਼ਨ ਕਾਰਡ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਤਹਿਤ 100% ਦੀ ਕਣਕ ਵੰਡ ਦੇ ਲਈ ਸਖਤ ਹਦਾਇਤ ਵੱਡੀ ਖਬਰਾਂ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਫੂਡ ਸਪਲਾਈ ਕੰਟਰੋਲਰ ਵਿਭਾਗ ਨਾਲ ਮੀਟਿੰਗ ਕਰਦਿਆ ਦੇਸ਼ ਦਿੱਤਾ ਹੈ ਕਿ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਤਹਿਤ ਲਾਪਾਤਰੀਆਂ ਨੂੰ 31 ਅਗਸਤ 2021 ਤੱਕ 100% ਦੀ ਕਣਕ ਦੀ ਵੰਡ ਕੀਤੀ ਜਾਵੇ ਉਹਨਾਂ ਨੇ ਕਿ 172600 ਸਮਾਰਟ ਕਾਰਡ ਰਾਸ਼ਨ ਸਕੀਮ ਦੇ ਤਹਿਤ ਕਾਰਡ ਯੋਗ ਹੰਤ ਜਿਸ ਵਿੱਚ 659636 ਯੋਗ ਲਾਪਾਤਰੀ ਹਨ ਉਹਨਾਂ ਨੇ ਦੱਸਿਆ ਕਿ ਸਰਕਾਰ ਦੇ ਹਦੇਸ਼ਾਂ ਦੇ ਮੁਤਾਬਕ ਯੋਗ ਲਾਪਾਤਰੀਆਂ ਨੂੰ ਦੂਰਪੈ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਦੀ ਵੰਡ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਨੇ OBC ਵਰਗ ਨੂੰ ਦਿੱਤਾ ਧੋਖਾ ਪਵਾਰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਸ਼ਰਦ ਪਵਾਰ ਨੇ OBC ਦੀ ਸੂਚੀ ਬਣਾਉਣ ਦੇ ਸੂਬਿਆਂ ਨੂੰ ਅਧਿਕਾਰ ਦੇਣ ਦਾ ਜ਼ਿਕਰ ਕਰਦਾ ਕਿਹਾ ਕਿ 2 ਸਾਲ ਪਹਿਲਾਂ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਉਹਨਾਂ ਦੇ ਅਧਿਕਾਰਾਂ ਨੂੰ ਖੋਲ੍ਹਿਆ ਸੀ ਪਰ ਉਹਨਾਂ ਨੇ ਕੇਂਦਰ ਸਰਕਾਰ ਨੇ OBC ਵਰਗ ਨੂੰ ਧੋਖਾ ਦਿੱਤਾ ਪਵਾਰ ਨੇ ਕਿਹਾ ਕਿ ਹੁਣ ਸੰਸਦ ਨੇ ਇਹ ਸੂਬਿਆਂ ਨੂੰ OBC ਸੂਚੀ ਬਣਾਉਣ ਦਾ ਅਧਿਕਾਰ ਦੇਣ ਲਈ ਸਵਿਧਾਨ ਦੇ ਵਿੱਚ ਸ਼ੋਧ ਕੀਤੀ ਇਸ ਦੇ ਲਈ ਇਸ ਲਈ ਕਈ ਲੋਕਾਂ ਨੂੰ ਲੱਗ ਰਿਹਾ ਹੈ ਕਿ ਕੇਂਦਰ ਦੀ ਇੱਕ ਅਹਿਮ ਕਦਮ ਚੁੱਕਿਆ ਪਰ ਇਹ ਸ਼ੁੱਧ ਧੋਖਾ ਦੀ ਹੈ ਕੈਨੇਡਾ ਦੇ ਵਿੱਚ 20 ਸਤੰਬਰ ਨੂੰ ਹੋਣਗੀਆਂ ਮੱਧਕਾਲੀ ਚੋਣਾਂ ਪ੍ਰਧਾਨ ਮੰਤਰੀ ਟਰੂਡੋ ਦਾ ਐਲਾਨ ਪ੍ਰਧਾਨ ਮੰਤਰੀ ਕੈਨੇਡਾ ਜਸਟਨ ਟਰੂਡੋ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕੈਨੇਡਾ ਦੇ ਮੱਧਕਾਲੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਐਤਵਾਰ ਨੂੰ ਐਲਾਨ ਕਰਦੇ ਪੀਐਮ ਟਰੂਡੋ ਨੇ ਦੱਸਿਆ ਕਿ ਕੈਨੇਡਾ ਦੇ ਵਿੱਚ 20 ਸਤੰਬਰ ਨੂੰ ਮੱਧਕਾਲੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਦਰਅਸਲ ਟਰੂਡੋ ਨੇ ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਮੋਹਾਲੀ ਦੇ ਸੈਕਟਰ 78 ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਜਿਮ ਕੰਪਲੈਕਸ ਫਿਟਨੈਸ ਦਾ ਉਦਘਾਟਨ ਮੋਹਾਲੀ ਦੇ ਸੈਕਟਰ 78 ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਜਿਮ ਕੰਪਲੈਕਸ ਫਿਟਨੈਸ ਦਾ ਉਦਘਾਟਨ ਕੀਤਾ ਗਿਆ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਿਆ ਤੇ ਜਿਮ ਦੇ ਪ੍ਰਬੰਧਕ ਤਨਵੀਰ ਸਿੰਘ ਤੇ ਜਸਵਿੰਦਰ ਸਿੰਘ 베ਦੀ ਨੇ ਦੱਸਿਆ ਕਿ 14 ਹਜ਼ਾਰ ਫੁੱਟ ਵਰਗ ਦੇ ਵਿੱਚ ਖੋਲਿਆ ਗਿਆ ਤੇ ਫਿਟਨੈਸ ਵਾਸਤੇ ਪੂਰੀ ਤਰ੍ਹਾਂ ਆਧੁਨਿਕ ਮਸ਼ੀਨਾਂ ਲਾਈਆਂ ਗਈਆਂ ਨੇ ਟਾਪ ਫਲੋਰ ਦੀ ਛੱਤ ਉੱਤੇ ਕ੍ਰਾਸ ਫਿਟ ਟ੍ਰੇਨਿੰਗ ਦਿੱਤੀ ਜਾਵੇਗੀ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਉਂ ਵੱਧ ਜਾਂਦਾ ਹੈ ਦੇਸ਼ ਵਿਰੋਧੀ ਤਾਕਤਾਂ ਦਾ ਖਤਰਾ ਅਨਮਨ ਅਰੋੜਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਅੰਦਰ ਪੈਦਾ ਕੀਤੇ ਜਾ ਰਹੇ ਵੱਦ-ਅਮਨ ਮਾਹੌਲ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਸਵਾਲ ਚੁੱਕਿਆ ਹੈ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਹਰ ਵਾਰ ਦੇਸ਼ ਵਿਰੋਧੀ ਤਾਕਤਾਂ ਦੇ ਨਿਸ਼ਾਨੇ ਤੇ ਕਿਉਂ ਆ ਜਾਂਦਾ ਹੈ ਚੋਣਾਂ ਨਿਭੜਨ ਤੋਂ ਉਪਰੰਤ ਅਜਿਹੇ ਦੇਸ਼ ਵਿਰੋਧੀ ਤੱਤ ਕਿਹੜੀ ਖੁੱਡ ਵਿੱਚ ਵੜ ਜਾਂਦੇ ਨੇ ਉਹ ਦੇਸ਼ ਦੇ ਵਿੱਚ ਸੂਬੇ ਦੀ ਖੂਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਲੱਭਦੇ ਹੀ ਨਹੀਂ ਪੰਜਾਬ ਚੋ ਅਨਾਜ ਮੰਡੀਆਂ ਦੇ ਵਿੱਚ ਕਰੋੜਾਂ ਦੀ ਧੋਖਾ ਧੜੀ ਤੋਂ ਬਾਅਦ ਠੇਕੇਦਾਰ ਵੱਲੋਂ ਸੁਤੰਤਰ ਏਜੰਸੀ ਤੋਂ ਜਾਂਚ ਦੀ ਮੰਗ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਰਾਜ ਦੀਆਂ ਅਨਾਜ ਮੰਡੀਆਂ ਦੇ ਠੇਕੇਦਾਰਾਂ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਖੰਨਾ ਅਨਾਜ ਮੰਡੀਆ ਹੋਰ ਸਾਰੀਆਂ ਅਨਾਜ ਮੰਡੀਆਂ ਵਿੱਚ ਅਨ ਲੋਡਿੰਗ ਦਾ ਠੇਕਾ ਇੱਕ ਵਾਰ ਫਿਰ ਵਿਵਾਦਾਂ ਦੇ ਕੇਦੇ ਵਿੱਚ ਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦੁਬਾਰਾ ਟੈਂਡਰ ਕਰਨ ਦੇ ਹਦਾਇਤਾਂ ਦੇ ਬਾਵਜੂਦ ਟੈਂਡਰ ਲਟਕਿਆ ਆਇਆ ਜਾ ਰਿਹਾ ਹੈ ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਡਰ ਹੈ ਤੇ 100 ਕਰੋੜਾਂ ਦੇ ਘਟਾਲੇ ਦੇ ਵਿੱਚ ਸੰਭਾਵਨਾ ਜਿਹੜੀ 100 ਕਰੋੜਾਂ ਰੁਪਏ ਦੇ ਘਟਾਲੇ ਦੀ ਵਿੱਚ ਜਿਤਾਈ ਜਾ ਰਹੀ ਆ ਬਹੁਤ ਸਾਰੇ ਠੇਕੇਦਾਰਾਂ ਨੇ ਸਰੋਧ ਵਿਭਾਗ ਦੀ ਅਪੀਲ ਤੱਕ ਕੀਤੀ ਪਰ ਖੁਰਾਕ ਅਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਨੇ ਮੁੜ ਟ੍ਰੇਡਿੰਗ ਦੇ ਹਦਾਇਤ ਜਾਰੀ ਕਰ ਦਿੱਤੇ ਨੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੇ ਉੱਚ ਅਧਿਕਾਰੀਆਂ ਮੰਤਰੀਆਂ ਦੀ ਮਿਲਿ ਭੂਤਕਰਨ ਵੱਡੇ ਸਮੂਹ ਬਣਾ ਕੇ ਪੁਰਾਣੇ ਠੇਕੇਦਾਰਾਂ ਤੇ ਸਖਤ ਧਰਾਵਾਂ ਲਗਾ ਕੇ ਸਿਰਫ ਪੁਰਾਣੇ ਠੇਕੇਦਾਰਾਂ ਨੂੰ ਹੀ ਦੁਬਾਰਾ ਐਕਸਟੈਂਸ਼ਨ ਦਿੱਤੀ ਗਈ ਹੈ ਨਸ਼ੇ ਦੀ ਓਵਰਡੋਜ਼ ਨਾਲ 22 ਸਾਲਾ ਨੌਜਵਾਨ ਦੀ ਮੌਤ ਪਿਤਾ ਨੇ ਲਏ ਅਣਪਛਾਤੇ ਵਿਅਕਤੀਆਂ ਤੇ ਗੰਭੀਰ ਦੋਸ਼ ਮੋਗਾ ਦੇ ਥਾਣਾ ਅਜੀਤਵਾਲ ਅਦੀਨ ਪੈਂਦੇ ਪਿੰਡ ਕੋਕਰੀ ਕਲਾਂ ਦੇ ਨਿਵਾਸੀ ਨੌਜਵਾਨ ਮੁੰਡੇ ਲਵਪ੍ਰੀਤ ਸਿੰਘ ਦੀ ਕਥਿਤ ਤੌਰ ਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ ਪਤਾ ਲੱਗਾ ਹੈ ਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਹੈ ਯੂਰੀਆ ਖਾਦ ਦੀ ਘਾਟ ਦੇ ਕਾਰਨ ਕਿਸਾਨ ਪਰੇਸ਼ਾਨ ਝੋਨੇ ਦੀ ਫਸਲ ਨੂੰ ਯੂਰੀਆ ਖਾਦ ਨਾ ਮਿਲਣ ਦੇ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਸਡੀਐਮ ਸਮਾਣਾ ਨੂੰ ਇੱਕ ਮੰਗ ਪੱਤਰ ਦਿਹਾੜੀ ਦੀ ਕਿਸਾਨਾਂ ਨੂੰ ਹਾੜੀ ਅਤੇ ਸੋਨੀ ਦੀਆਂ ਫਸਲਾਂ ਵਿੱਚ ਸਮੇਂ ਸਿਰ ਯੂਰੀਆ ਖਾਦ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਇਸ ਮੌਕੇ ਐਸਡੀਐਮ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਸ ਮੌਕੇ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇਗਾ ਗੱਲਬਾਤ ਦੇ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਦਲਜੀਤ ਸਿੰਘ ਚੱਕ ਆਦਿ ਜਿਹੜੇ ਹਾਜ਼ਰ ਸਨ ਮੋਗਾ ਵਿੱਚ ਵੱਖ-ਵੱਖ ਤਿੰਨ ਸਰਕਾਰੀ ਸਕੂਲਾਂ ਦੇ ਤਿੰਨ ਬੱਚੇ ਕਰੋਨਾ ਪੋਜ਼ਿਟਿਵ ਪੰਜਾਬ ਦੇ ਵਿੱਚ ਲਗਾਤਾਰ ਇੱਕ ਵਾਰੀ ਫਿਰ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਜਿਸ ਵਾਰ ਕਰੋਨਾ ਦੇ ਸਰਕਾਰੀ ਸਕੂਲਾਂ ਦੇ ਵਿੱਚ ਦਸਤਕ ਦਿੱਤੀ ਹੈ ਜੇ ਗੱਲ ਕਰ ਲਈਏ ਪੂਰੇ ਸੂਬੇ ਦੀ ਤਾਂ ਹੁਣ ਤੱਕ 30 ਉੱਪਰ ਬੱਚੇ ਕਰੋਨਾ ਦੇ ਪੋਜ਼ਿਟਿਵ ਪਾਏ ਗਏ ਹਨ ਦੂਜੇ ਪਾਸੇ ਗੱਲ ਕਰ ਲਈਏ ਮੋਗੇ ਦੀ ਤਾਂ ਮੋਗਾ ਵਿੱਚ ਹੁਣ ਤੱਕ ਸਰਕਾਰੀ ਸਕੂਲਾਂ ਦੇ ਵਿੱਚ ਕੁੱਲ 6 ਬੱਚੇ ਕਰੋਨਾ ਪੋਜ਼ਿਟਿਵ ਪਾਏ ਗਏ ਹਨ ਤੇ ਜਿਨ੍ਹਾਂ ਦੇ ਵਿੱਚੋਂ 3 ਵੱਖ-ਵੱਖ ਸਰਕਾਰੀ ਸਕੂਲਾਂ ਦੇ ਬੱਚੇ ਕੱਲ ਪੋਜ਼ਿਟਿਵ ਪਾਏ ਗਏ ਹਨ ਤੇ ਜਿਸ ਦੀ ਜਾਣਕਾਰੀ ਮੋਗਾ ਦੇ ਸਿਵਲ ਸਰਜਨ ਡਾਕਟਰ ਅਮਰਪ੍ਰੀਤ ਕੌਰ ਬਾਜਵਾ ਹੋਰਾਂ ਵੱਲੋਂ ਦਿੱਤੀ ਗਈ ਸਰਨਾਂ ਧੜੇ ਨੇ ਵੱਡਾ ਚੜਕਾ ਦੇ ਲਈ ਹਾਈ ਕੋਰਟ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਤੇ ਰੋਕ ਲਾਉਣ ਤੋਂ ਨਾ ਪਰਮਜੀਤ ਸਰਨਾਂ ਦੀ ਅਗਵਾਈ ਵਾਲੇ ਦਿੱਲੀ ਵਿਚ ਧੜੇ ਨੂੰ ਉਸ ਸਮੇਂ ਵੱਡਾ ਝੜਕਾ ਲੱਗਾ ਜਦੋਂ ਦਿੱਲੀ ਹਾਈ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੇ ਰੋਕ ਲਾਉਣ ਤੋਂ ਨਾ ਕਰ ਦਿੱਤੀ ਇੱਥੇ ਪੱਤਰਕਾਰਾਂ ਨੇ ਜਾਣਕਾਰੀ ਦਿੰਦੇ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੰਤਰ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਆਪਣੀਆਂ ਆਡੀਟਰ ਰਪੋਟਾ ਅਦਾਲਤ ਨੂੰ ਸੌਂਪ ਕੇ ਦੱਸ ਦਿੱਤਾ ਹੈ ਕਿ ਸਰਨਾ ਧੜੇ ਕੋਲੇ ਵੀ ਕਾਪੀਆਂ ਹਨ ਪਰ ਇਹ ਜਾਣ ਬੁੱਝ ਕੇ ਚੋਣਾਂ ਦੇ ਰਾਹ ਵਿੱਚ ਝੜੀਕਾ ਬੰਨਣਾ ਚਾਹੁੰਦੇ ਹਨ ਅਤੇ ਰਾਜਨੀਤੀ ਕਰ ਰਹੇ ਹਨ ਕਿਉਂਕਿ ਇਹਨਾਂ ਨੇ ਚੋਣਾਂ ਵਿੱਚ ਆਪਣੀਆਂ ਯਕੀਨੀ ਹਾਰ ਇਹਨਾਂ ਨੂੰ ਦਿਖਾਈ ਦੇ ਰਹੀ ਹੈ। ਚੰਡੀਗੜ੍ਹ ਦੇ ਵਿੱਚ ਹਟਾਇਆ ਨਾਈਟ ਕਰਫਿਊ ਹੁਣ 12 ਵਜੇ ਤੱਕ ਖੁੱਲੇ ਰਹਿਣਗੇ ਹੋਟਲ ਅਤੇ ਰੈਸਟੋਰੈਂਟ। ਚੰਡੀਗੜ੍ਹ ਤੋਂ ਵੱਡੀ ਖਬਰ ਆ ਜਿਥੇ ਮੰਗਲਵਾਰ ਰਾਤ ਨੂੰ ਪ੍ਰਸ਼ਾਸਨ ਨੇ ਨਾਈਟ ਕਰਫਿਊ ਹਟਾ ਲਿਆ ਹੈ। ਹੁਣ ਸ਼ਹਿਰ ਦੇ ਵਿੱਚ ਸਾਰੇ ਹੋਟਲ, ਰੈਸਟੋਰੈਂਟ ਅਤੇ ਬਾਹਰ ਅੱਧੀ ਰਾਤ ਯਾਨੀ ਕਿ 12 ਵਜੇ ਤੱਕ ਖੁੱਲੇ ਰਹਿਣਗੇ। ਰਾਤ ਨੂੰ ਲੋਕਾਂ ਦੇ ਬਾਹਰ ਜਾਣ ਤੇ ਕੋਈ ਪਾਬੰਦੀ ਨਹੀਂ ਹੋਵੇਗੀ। कोरोना ਦਾ ਸਿਰਫ ਇੱਕ ਕੇਸ ਮਿਲਣ ਤੇ ਦੇਸ਼ ਭਰ ਦੇ ਵਿੱਚ ਲੋਕਡਾਊਨ ਸੋ ਨਿਊਜ਼ੀਲੈਂਡ ਤੋਂ ਖਬਰ ਆ ਜਿੱਥੇ ਸਿਰਫ ਇੱਕ ਕੇਸ ਮਿਲਣ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਪੂਰੇ ਦੇਸ਼ ਦੇ ਵਿੱਚ ਤਾਲਾਬੰਦੀ ਲਗਾ ਦਿੱਤੀ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਮੁੜ ਹੋਇਆ ਭਾਰੀਵਾਦ ਦਾ ਸੋ ਘਰੇਲੂ ਗੈਸ ਕੰਪਨੀਆਂ ਦੇ ਵੱਲੋਂ ਇੱਕ ਵਾਰ ਫਿਰ ਆਮ ਜਨਤਾ ਨੂੰ ਮੰਗਾਈ ਦੀ ਪੱਟੀ ਦੇ ਵਿੱਚ ਸੁੱਟਦੇ ਘਰੇਲੂ ਗੈਸ ਸਿਲੰਡਰ ਦੀਆਂ ਯਾਨੀ ਕਿ 14.2 ਕਿਲੋ ਦੀ ਕੀਮਤ 24 ਰੁਪਏ 50 ਪੈਸੇ ਦਾ ਵਾਅਦਾ ਕਰ ਦਿੱਤਾ ਇਸ ਤੋਂ ਪਹਿਲਾਂ ਖਪਤ ਕਰਨਿੰਗ ਸਿਲੰਡਰ ਗਲੈਂਡ ਦੇ ਲਈ 862 ਰੁਪਏ ਦਾ ਕਰਨੇ ਪੈਂਦੇ ਸਨ ਹੁਣ ਤੁਹਾਨੂੰ 896 ਰੁਪਏ ਯਾਨੀ ਕਿ 900 ਰੁਪਏ ਦੇ ਕਰੀਬ ਤੁਹਾਨੂੰ ਪੈਸੇ ਅਦਾ ਕਰਨੇ ਪੈਣਗੇ ਪੰਜਾਬੀ ਅਦਾਕਾਰ ਹਰੀਸ਼ ਵਰਮਾ ਨੂੰ ਸਦਮਾ ਪਿਤਾ ਦਾ ਦੇਹਾਂਤ ਜ਼ਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਵੀਡੀਓ ਚੈੱਕ ਕਰ ਸਕਦੇ ਹੋ ਇਸ ਦਿਨ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 28 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੀੜ ਹੋਵੇਗੀ। ਅੰਮ੍ਰਿਤਸਰ ਵਿੱਚ ਵਪਾਰੀਆਂ ਨੂੰ ਇੱਕ ਹੋਰ ਵੱਡਾ ਚਮਨ ਬਾਰਡਰ ਤੇ ਤਾਲਿਬਾਨ ਦਾ ਕਬਜ਼ਾ ਬੰਦ ਹੋ ਸਕਦਾ ਕਾਰੋਬਾਰ ਆਈਸੀਪੀ ਅਟਾਰੀ ਬਾਰਡਰ ਤੇ ਆਯਾਤ ਨਿਰਯਾਤ ਕਰਨ ਵਾਲੇ ਅੰਮ੍ਰਿਤਸਰ ਦੇ ਕਾਰੋਬਾਰੀਆਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਜਾਣਕਾਰੀ ਦਿੰਦੇ ਹੋਏ ਅਫਗਾਨਿਸਤਾਨ ਦੇ ਚਮਨ ਬਾਰਡਰ ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ ਇਸ ਦੇ ਨਾਲ ਅਫਗਾਨਿਸਤਾਨ ਤੋਂ ਆਈਸੀਪੀ ਅਟਾਰੀ ਆਉਣ ਵਾਲੀਆਂ ਵਸਤੂਆਂ ਦਾ ਆਯਾਤ ਬੰਦ ਹੋਣ ਦੀ ਇੱਕ ਗਾਰ ਤੇ ਖੜਾ ਜਾਣਕਾਰੀ ਦਾ ਮੰਨਣਾ ਜੇਕਰ ਤਾਲਿਬਾਨ ਇਸ ਤਰ੍ਹਾਂ ਹੋਰ ਅੱਗੇ ਵਧਦਾ ਰਿਹਾ ਤਾਂ ਤੁਰਖਮ ਬਾਰਡਰ ਤੇ ਵੀ ਜਲਦੀ ਕਬਜ਼ਾ ਹੋ ਜਾਵੇਗਾ ਆਈਸੀਪੀ ਅਟਾਰੀ ਬਾਰਡਰ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ਵਿੱਚ ਤੁਰਖਮ ਅਤੇ ਚਮਨ ਬਾਰਡਰ ਦੇ ਰਸਤਿਆਂ ਆਉਂਦੀਆਂ ਹਨ ਇਨ ਦਿਨੀਆਂ ਪਾਕਿਸਤਾਨ ਦੇ ਡ్రਾਈ ਫਰੂਟ ਦਾ ਆਯਾਤ ਆਈਸੀਬੀ ਤੇ ਕੀਤਾ ਜਾਂਦਾ ਤੇ ਅੰਮ੍ਰਿਤਸਰ ਦਿੱਲੀ ਸਮੇਤ ਸਮੇਤ ਦਿੱਲੀ ਤੱਕ ਕਾਰੋਬਾਰੀ ਇਸ ਦਾ ਆਯਾਤ ਕਰਦੇ ਨੇ ਤੇ ਵੀਰਵਾਰ ਨੂੰ ਦੋ ਟਰੱਕ ਡ్రਾਈ ਫਰੂਟ ਪਾਕਿਸਤਾਨ ਤੋਂ ਆਇਆ ਪਰ ਤਾਲਿਬਾਨ ਦੇ ਕਬਜ਼ੇ ਦੀ ਖਬਰ ਸੁਣ ਕੇ ਕੰਮ ਕਰਨ ਵਾਲੀਆਂ ਕੁੱਲੀਆਂ ਤੇ ਹੋਰ ਕਰਮਚਾਰੀਆਂ ਦੇ ਚਿਹਰੇ ਮੁਜ਼ਰ ਆ ਗਏ ਆ ਪਾਕਿਸਤਾਨ ਨੂੰ ਲੈ ਕੇ ਬਦਲੇ ਚੀਨ ਦੇ ਸੁਰ ਕਿਹਾ ਗ੍ਰਹਿ ਜੁੱਧ ਨੂੰ ਰੋਕਣ ਦੇ ਲਈ ਯੂਐਸਏ ਦੇ ਸੰਜੋਗ ਲਈ ਤਿਆਰ ਆ ਪਾਕਿਸਤਾਨ ਨੂੰ ਲੈ ਕੇ ਚੀਨ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਤਾਲਿਬਾਨ ਨੂੰ ਸਮਰਥਨ ਦੇ ਬਾਅਦ ਹੁਣ ਉਸਤੇ ਸੁਰ ਬਦਲ ਗਏ ਹਨ ਚੀਨ ਨੇ ਕਿਹਾ ਕਿ ਉਹ afਗanistan ਚ ਗ੍ਰਾਜਯੋਧ ਨੂੰ ਰੋਕਣ ਲਈ ਦੇਸ਼ ਨੂੰ ਫਿਰ ਤੋਂ ਅਤਵਾਦੀ ਪਨਾਹਾ ਬਣਨ ਤੋਂ ਰੋਕਣ ਦੇ ਅਮਰੀਕਾ ਦਾ ਸੰਯੋਗ ਕਰਨ ਲਈ ਤਿਆਰ ਹੈ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟੀ ਬਲਿੰਕਨ ਨਾਲ ਫੋਨ ਦੀ ਗੱਲਬਾਤ ਚ afਗanistan ਨੂੰ ਲੈ ਕੇ ਸੰਯੋਗ ਕਰਨ ਦੀ ਸਹਿਮਤੀ ਜਤਾਈ ਨੌਜਵਾਨਾਂ ਦੇ ਲਈ ਚੰਗੀ ਖਬਰ ਮਹਾਲੀ ਦੇ ਵਿੱਚ ਫੌਜ ਦੀ ਭਰਤੀ ਨਵੰਬਰ ਦੇ ਵਿੱਚ ਸ਼ੁਰੂ ਹੋ ਸੋ ਤਿਆਰੀ ਦੋਸਤੋ ਕਰ ਲੋ ਜਲਦੀ ਜਲਦੀ ਭਰਤੀ ਹੋਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਫਰਮਾਨ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ਦੇ ਲਈ 300 ਰੁਪਏ ਹਾਂ ਜੀ ਦੋਸਤੋ 300 ਰੁਪਏ ਪ੍ਰਤੀ ਸਰਟੀਫਿਕੇਟ ਜਮ੍ਹਾਂ ਕਰਵਾਉਣੇ ਪੈਣਗੇ ਬੋਰਡ ਦੀ ਵੈਬਸਾਈਟ ਤੇ ਦੋਸਤੋ ਹੁਣ ਦੇਖ ਲਓ ਜੇਕਰ ਤੁਸੀਂ ਨਵੀਂ ਹਾਰਡ ਕਾਪੀ ਸਰਟੀਫਿਕੇਟ ਪਲੱਸ 2 ਦਾ ਲੈਣਾ ਚਾਹ ਨਹੀਂ ਖੁਦਕੁਸ਼ੀ ਕਰਨ ਵਾਲੇ ਵਪਾਰੀ ਦੇ ਪੁੱਤਰ ਨੇ ਕੀਤਾ ਵੱਡਾ ਖੁਲਾਸਾ ਸੋਮਵਾਰ ਨੂੰ ਹੈਬੋਵਾਲ ਕਲਾਦੇ ਦੁਰਗਾਪੁਰੀ ਇਲਾਕੇ ਦੇ ਵਿੱਚ ਆਪਣੇ ਬੈੱਡਰੂਮ ਦੇ ਵਿੱਚ ਬੰਦ ਹੋ ਕੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਗੋਲੀ ਮਾਰ ਕੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਵਪਾਰੀ ਦੇ 11ਵੇਂ ਜਮਾਤ ਵਿੱਚ ਪੜ੍ਹਦੇ 16 ਸਾਲਾ ਬੱਚੇ ਹਰਸ਼ਿਤ ਨੇ ਦੱਸਿਆ ਕਿ ਕੱਲ੍ਹ ਰਾਤ ਪਾਪਾ ਨੂੰ ਇੱਕ ਘੰਟੇ ਤੱਕ ਫੋਨ ਤੇ ਕਿਸੇ ਨਾਲ ਗੱਲ ਕਰਦੇ ਰਿਹਾ ਦੂਜੇ ਪਾਸੇ ਗੱਲ ਕਰਨ ਵਾਲਾ ਪਾਪਾ ਨੂੰ ਲਗਾਤਾਰ ਧਮਕੀਆਂ ਹੀ ਦੇ ਰਿਹਾ ਸੀ ਨਵਜੋਤ ਸਿੱਧੂ ਬਾਰੇ ਕੀ ਬੋਲ ਕੇ ਵਿਕਰਮ ਮਜੀਠੀਆ ਸੋ ਨਵਜੋਤ ਸਿੱਧੂ ਭੰਡਾਵਾਂਗ ਸਟੇਜ ਤੇ ਕਮੇਦੀ ਕਰਨ ਦੀ ਬਜਾਏ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ ਵੱਲ ਧਿਆਨ ਦੇਵੇ ਕਿਉਂਕਿ ਕਾਂਗਰਸ ਸਰਕਾਰ ਜਾਣਬੁੱਝ ਕੇ ਹੁਣ ਥੋੜਾ ਸਮਾਂ ਬਾਕੀ ਰਹਿ ਗਿਆ ਹੈ ਇਹ ਵਿਚਾਰ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੇ ਹਲਕਾ ਮਦੀਠਾ ਦੇ ਅਧੀਨ ਪੈਂਦੇ ਪਿੰਡ ਥੀਰੀਏ ਵਾਲਾ ਵਿੱਚ ਵੱਡੀ ਗਿੰਦਿਜ ਕਾਂਗਰਸੀ ਪਰਿਵਾਰਾਂ ਨੂੰ ਸ਼੍ਰੋਮ ਨੇ ਅਕਾਲੀ ਦਲ ਵਿੱਚ ਸ਼ਾਮਲ ਕਰਦੇ ਸਮੇਂ ਪ੍ਰਗਟਾਏ। ਅੰਤਮ ਸੰਸਕਾਰਾਂ 'ਚ ਪਾਏ ਕੱਪੜਿਆਂ ਨੂੰ ਨਿਲਾਮ ਕਰਨ ਤੇ ਸੋਸ਼ਲ ਮੀਡੀਆ ਤੇ ਟ੍ਰੋਲ ਹੋਈ ਦੀਪਿਕਾ ਬਾਦੂਕੋਂ ਜਲਦੀ ਹੀ ਆਪਣੇ ਕੁਝ ਕੱਪੜਿਆਂ ਦੀ ਨਿਲਾਮੀ ਕਰਨ ਜਾ ਰਹੀ ਹੈ ਪਰ ਇਸ ਦੇ ਨਾਲ ਉਹ ਵਿਦਵਾਵਾਂ ਵਿਵਾਦਾਂ 'ਚ ਫਸ ਗਈ ਸੋਸ਼ਲ ਮੀਡੀਆ ਤੇ ਯੂਜ਼ਰ ਦੀਪਿਕਾ ਦੀ ਦੀਪ ਤੱਕ ਕਹਿ ਦਿੱਤਾ ਹੈ ਦੀਪਿਕਾ ਪਾਉਡੂਕੁੰਜੋ ਕਪੜੇ ਸੋਸ਼ਲ ਮੀਡੀਆ ਦਾ ਨਾਮ ਕਰ ਰਹੀ ਹੈ ਯੂਜ਼ਰ ਦਾ ਕਹਿਣਾ ਕਿ ਕਪੜੇ ਜੀਆ ਖਾਨਾ ਤੇ ਪ੍ਰੰਕਾ ਚੋਪੜਾ ਦੇ ਪਿਤਾ ਅਸ਼ੋਕ ਚੋਪੜਾ ਦੇ ਅੰਤਮ ਸੰਸਕਾਰ ਤੇ ਪੈਨੇ ਸਨ ਆ ਪਾਕਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਦਾ ਜਾਣੂ ਕੀ ਪਵੇਗਾ ਭਾਰਤ ਤੇ ਅਸਰ ਸੋ ਪਾਕਿਸਤਾਨ ਦੇ ਸਾਰੇ 34 ਸੂਬਿਆਂ ਦੇ ਵਿੱਚ ਭਾਰਤ ਦੇ 400 ਤੋਂ ਵੱਧ ਪ੍ਰੋਜੈਕਟ ਚੱਲ ਰਹੇ ਹਨ ਜਿਨ੍ਹਾਂ ਵਿੱਚ ਸਕੂਲ ਹਸਪਤਾਲ ਸੇਤ ਕੇਂਦਰ ਬੱਚਿਆਂ ਦੇ ਹੋਸਟਲ ਪੁੱਲ ਸ਼ਾਮਲ ਹਨ ਇੱਥੋਂ ਤੱਕ ਕਿ ਭਾਰਤ ਨੇ ਪਾਕਿਸਤਾਨ ਦੇ ਵਿੱਚ ਗਣਤੰਤਰ ਦੀ ਨਿਸ਼ਾਨੀ ਦੇ ਤੌਰ ਤੇ ਖੜਾ ਸੰਸਦ ਭਵਨ ਸਲਮਾ ਬੰਨ ਅਤੇ ਜਰਾਂਜ ਦਿਲਰਮ ਹਾਈਵੇ ਤੇ ਭਾਰੀ ਨਿਵੇਸ਼ ਕੀਤਾ ਹੋਇਆ ਤੇ ਕਰੋੜਾਂ ਰੁਪਏ ਦਾ ਨਿਵੇਸ਼ ਕਰਕੇ ਹਰਾਨ ਦੀ ਚਾਂਬਗਾ ਬੰਦਰਗਾਹ ਦੇ ਵਿਕਾਸ ਦੇ ਕੰਮਾਂ ਨੂੰ ਜੋੜਨ ਲਈ ਪਾਕਿਸਤਾਨ ਤੋਂ ਸੜਕ ਜਾਂਦੀ ਹੈ। ਮੋਗਾ ਦੇ ਕਬੱਡੀ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਲਾਚ ਸੜਕ ਤੋਂ ਹੋਈ ਬਰਾਮਦ। ਇੱਕ ਵਿਧਾਇਕ ਇੱਕ ਪੈਨਸ਼ਨ ਦੀ ਮੰਗ ਨੂੰ ਲੈ ਕੇ ਸਪੀਕਰ ਨੂੰ ਮਿਲੇ ਆਪ ਵਿਧਾਇਕ ਆਮ ਆਦਮੀ ਪਾਰਟੀ ਨੇ ਅੱਜ ਇੱਕ ਵਿਧਾਇਕ ਸਾਬਕਾ ਵਿਧਾਇਕਾਂ ਨੂੰ ਬਤੌਰ ਵਿਧਾਇਕ ਤੋਂ ਇੱਕ ਤੋਂ ਵੱਧ ਮਿਲਦੀਆਂ ਮਾਸਿਕ ਪੈਨਸ਼ਨਾਂ ਦਾ ਵਿਰੋਧ ਕਰਦੇ ਹੋਏ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਮੰਗ ਕੀਤੀ ਇਸ ਸਬੰਧ ਵਿੱਚ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਜੀ ਮਾਣੇ ਗਵਾਈ ਹੇਠਲੇ ਵਿਧਾਇਕਾਂ ਦੇ ਵਫਤ ਨਾਲ ਰਾਣਾ ਸਕੇਪੀ ਸਿੰਘ ਨੂੰ ਮੰਗ ਪੱਤਰ ਦਿੱਤਾ ਤੇ ਵਿਧਾਇਕ ਨੇ ਕੁਲਤਾਰ ਸੰਧਵਾ ਪ੍ਰਿੰਸੀਪਲ ਬੋਧਰਾਮ ਤੇ ਮੀਤਹਿਰ ਮਨਜੀਤ ਬਲਾਸਪੁਰ ਤੇ ਕੁਲਵੰਤ ਪੰਡੋਰੀ ਜੈਰਾਮ ਰੂੜੀ ਤੇ ਹੋਰ ਅਮਰਜੀਤ ਸੰਧੂਆ ਸ਼ਾਮਲ ਸਨ ਅਡਾਨੀ ਗਰੁੱਪ ਦੀ ਵੱਡੀ ਪਲੈਨਿੰਗ ਭਾਰਤ ਦੇ ਵਿੱਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਦਮਦਾਰ ਸੁਪਰ ਐਪ ਸੋ ਇਹ ਵੱਡਾ ਐਲਾਨ ਹੋਣਾ ਕਰ ਦਿੱਤਾ ਹੈ ਸੁਪਰ ਐਪ ਦੇ ਵਿੱਚ ਕੀ ਹੋਵੇਗਾ ਦੱਸ ਦਈਏ ਦੋਸਤੋ ਤੁਹਾਨੂੰ ਸੁਪਰ ਐਪ ਦੇ ਵਿੱਚ ਹਰ ਤਰ੍ਹਾਂ ਦੀਆਂ ਸੇਵਾਵਾਂ ਨੂੰ ਇੱਕ ਐਪ ਦੇ ਵਿੱਚ ਸਮੇਟਣਾ ਉਦਾਹਰਨ ਦੇ ਤੌਰ ਤੇ ਇੱਕ ਹੀ ਐਪ ਦੇ ਉਪਰੋਂ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਆਫ ਅਫਗਾਨਿਸਤਾਨ ਚ ਹਾਲਾਤਾਂ ਨੇ ਵਿਗਾੜਿਆ ਲੁਧਿਆਣਾ ਦੇ ਵਪਾਰੀਆਂ ਦਾ ਕਾਰੋਬਾਰ ਕਰੋੜਾਂ ਦਾ ਨੁਕਸਾਨ ਹੋ ਸਕਦਾ ਹੈ ਆਫ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਮੁੱਢ ਨਿਵੇਸ਼ ਤੋਂ ਬਾਅਦ ਲੁਧਿਆਣਾ ਦੇ ਕਾਰੋਬਾਰੀਆਂ ਦੀ ਵਿਗੜ ਦੀ ਸਥਿਤੀ ਦੇ ਸਦਮੇ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਲੁਧਿਆਣਾ ਦੇ ਹੌਜ਼ਰੀ ਐਂਡ ਹੈਂਡ ਟੂਲ ਉਦਯੋਗ ਲਗਭਗ 70 ਕਰੋੜ ਦਾ ਕਾਰੋਬਾਰਤ ਪ੍ਰਾਪਤ ਹੋਇਆ ਤੇ ਲਗਭਗ 50 ਕਰੋੜ ਦਾ ਸਾਲਾਨਾ ਹੌਜ਼ਰੀ ਤੇ ਲਗਭਗ 20 ਕਰੋੜ ਦੇ ਹੈਂਡ ਟੂਲਸ ਨਿਰਯਾਤ ਕਰ ਰਿਹਾ ਸੀ ਸੁਖਬੀਰ ਬਾਦਲ ਦਾ ਵੱਡਾ ਐਲਾਨ ਪੰਜਾਬ ਚ 100 ਦਿਨਾਂ ਦੀ ਯਾਤਰਾ ਕਰਕੇ ਲੈਣਗੇ ਪੰਜਾਬੀਆਂ ਦੀ ਫੀਡਬੈਕ ਸੋ ਵੱਡਾ ਐਲਾਨ ਕਰ ਦਿੱਤਾ ਹੈ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਬੁੱਧਵਾਰ ਨੂੰ ਜੀਰਾ ਦੇ ਵਿੱਚ ਤੋਂ ਸ਼ੁਰੂ ਕਰਨਗੇ ਤੇ ਪੰਜਾਬ ਦੇ ਹਰ ਹਲਕੇ ਦੇ ਵਿੱਚ ਨੌਜਵਾਨ ਬੀਬੀਆਂ ਬਜ਼ੁਰਗਾਂ ਐਸਸੀ ਭਾਈਚਾਰਾ ਕਿਸਾਨ ਇੰਡਸਟਰੀ ਤੇ ਵਪਾਰੀਆਂ ਨਾਲ ਗੱਲਬਾਤ ਕਰਨਗੇ ਸੋ ਅੱਜ ਉਹਨਾਂ ਦਾ ਬਹੁਤ ਵੱਡਾ ਵਿਰੋਧ ਜੀਰਾ ਦੇ ਵਿੱਚ ਵੇਖਣ ਨੂੰ ਮਿਲਿਆ ਪੰਜਾਬ ਕੈਬਨਿਟ ਦੀ ਦੂਜੀ ਬੈਠਕ ਜਲਦੀ ਤੇ ਮਾਨਸੂਨੀ اجلاس ਬਾਰੇ ਹੋ ਸਕਦਾ ਹੈ ਫੈਸਲਾ ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਣ ਵਾਲੀ ਬੈਠਕ ਵਿੱਚ ਦਲਿਤ ਭਾਈਚਾਰੇ ਦੇ ਨਾਲ ਜੁੜੇ ਕਾਨੂੰਨਾਂ ਨੂੰ ਕੁਝ ਯੋਜਨਾਵਾਂ ਤੇ ਮੋਰ ਵੀ ਲੱਗ ਸਕਦੀ ਹੈ ਸਰਕਾਰ ਦਾ ਵੱਡਾ ਲਾਨ ਇਹਨਾਂ ਸਾਰੀਆਂ ਵਿਦਿੱਕ ਸੰਸਥਾਵਾਂ ਦੀ ਫੀਸ 'ਚ 80% ਕਟੌਤੀ ਵਣਜ ਅਤ્યાਧਿయోగ ਮੰਤਰੀ ਪਿਊਸ਼ ਗੋਇਲ ਨੇ ਪੈਂਟਟ ਲਈ ਅਰਜ਼ੀਆਂ ਦੇਣ ਵਾਲੇ ਸਾਰੇ ਮਾਨਤਾ ਪ੍ਰਾਪਤ ਵਿਦਿਅਕ ਅਦਾਰਿਆਂ ਦੇ ਲਈ 80% ਦੀ ਫੀਸ ਘਟਾਉਣ ਦਾ ਲਾਣ ਕੀਤਾ ਇਹਨਾਂ ਸੰਸਥਾਵਾਂ ਵਿੱਚ ਹੋਣ ਜਮ ਦੇਸ਼ ਦੇ ਵਿੱਚ ਪੈਂਟਡ ਹੋਣ ਦੀ ਅਰਜੀ ਦੇਣ ਦੇ ਵਿੱਚ ਕਾਫੀ ਛੋਟ ਮਿਲੇਗੀ ਸਿੱਧੂ ਅਗਲੇ ਮਹੀਨੇ 3 ਮਹੀਨੇ ਜੋ ਕਾਂਗਰਸ ਨੂੰ ਤਬਾਹ ਕਰ ਦੇਣਗੇ ਬਾਦਲ ਸੋ ਬਾਦਲ ਨੇ ਵੱਡਾ ਲਾਣ ਕੀਤਾ ਉਹਨਾਂ ਨੇ ਤਿੱਖਾ ਹਮਲਾ ਕੀਤਾ ਉਹਨਾਂ ਨੇ ਕਿਹਾ ਜੀ ਸਿੱਧੂ ਅਗਲੇ 3 ਮਹੀਨਿਆਂ ਦੇ ਵਿੱਚ ਕਾਂਗਰਸ ਨੂੰ ਤਬਾਹ ਕਰ ਦੇਣਗੇ ਸਿੱਧੂ ਖਿਲਾਫ ਆਪਣੇ ਵਿਜੀਲੈਂਸ ਰਿਪੋਰਟ ਨੂੰ ਲੁਕਾ ਕੇ ਬੈਠੇ ਹਨ ਉਹਨਾਂ ਨੂੰ ਜਨਤਕ ਕਰਨ ਉਹਨਾਂ ਨੇ ਕਿਹਾ ਕਿ ਸਥਾਨਕ ਮੰਤਰੀ ਰਹਿੰਦੇ ਹੋਏ ਸਿੱਧੂ ਤੇ ਜੋ ਦੋਸ਼ ਲੱਗੇ ਸਨ ਉਹਨਾਂ ਨੇ ਕਾਂਗਰਸ ਦੇ ਜਨਰਲ ਸਰਨਕਤਰ ਪ੍ਰਿੰਕਾ ਗਾਂਧੀ ਨੂੰ ਕਿਹਾ ਉਸ ਦੀ ਰਿਪੋਰਟ ਨੂੰ ਰੁਕਵਾਇਆ ਹੈ। ਤਾਲਿਬਾਨ ਨੇ ਪ੍ਰੈਸ ਕਾਨਫਰੰਸ ਕਰਕੇ ਦੁਨੀਆ ਨੂੰ ਮਾਨਵਤਾ ਦੇਵੇ ਕਿਸੇ ਵੀ ਵਿਦੇਸ਼ੀ ਦੂਤਕਾਰ ਨੂੰ ਖਤਰਾ ਨਹੀਂ ਫਾਗਿਸਤਾਨ ਦੇ ਵਿੱਚ ਕਬਜ਼ੇ ਤੋਂ ਬਾਅਦ ਤਾਲਿਬਾਨ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਇਸ ਵਿੱਚ ਤਾਲਿਬਾਨ ਦੇ ਬਲਾਰੇ ਜਬੀ ਹੁਲਾ ਮੁਜਾਹਦੀ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਅੰਤਰਰਾਸ਼ਟਰੀ ਦੂਤਕਰ ਜਾਂ ਸੰਸਥਾ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਬਲਾਰੇ ਨੇ ਕਿਹਾ ਤਾਲਿਬਾਨ ਸਰਕਾਰ ਨੂੰ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਜਿਸ ਨਾਲ ਵੀ ਲੜਾਈ ਕੀਤੀ ਉਹਨਾਂ ਨੂੰ ਤਾਲਿਬਾਨ ਨੇ ਮਾਫ਼ ਕਰ ਦਿੱਤਾ। ਔਰਤਾਂ ਬਾਰੇ ਵੀ ਤਾਲਿਬਾਨ ਨੇ ਕਿਹਾ ਜੀ ਔਰਤਾਂ ਨੂੰ ਸਕੂਲਾਂ ਹਸਪਤਾਲਾਂ ਵਿੱਚ ਕੰਮ ਕਰਨ ਦੀ ਛੋਟ ਹੋਵੇਗੀ। ਮੁਜਾਹਦੀ ਨੇ ਕਿਹਾ ਕਿ ਇਸਲਾਮ ਦੇ ਹਿਸਾਬ ਨਾਲ ਔਰਤਾਂ ਨੂੰ ਅਧਿਕਾਰ ਮਿਲਣਗੇ। ਉਹਨਾਂ ਨਾਲ ਕੋਈ ਪੇਦਪਾਬ ਨਹੀਂ ਕੀਤਾ ਜਾਵੇਗਾ। ਬੁਲਾਰੇ ਨੇ ਕਿਹਾ ਕਿ ਅਫਗਾਨ ਦੇ ਵਿੱਚ ਨਾਗਰਿਕਾਂ ਨੂੰ ਜਿਹੇ ਨਿਜ਼ਮ ਬਣਾਉਣ ਦੀ ਛੋਟ ਹੈ ਜੋ ਉਹਨਾਂ ਦੇ ਮੂਲਾਂ ਦੇ ਹਿਸਾਬ ਨਾਲ ਠੀਕ ਹੋਣਾ। ਉਹਨਾਂ ਨੇ ਕਿਹਾ ਕਿ ਦੂਜੇ ਦੇਸ਼ਾਂ ਵਿੱਚ ਉਹਨਾਂ ਦਾ ਸਨਮਾਨ ਹੋਣਾ ਚਾਹੀਦਾ ਹੈ। ਸਕੂਟਰੀ ਸਵਾਰ ਦਿਨ ਦਿਹਾੜੇ ਘਰ ਦੇ ਨੇੜੇ ਚੁੱਕੀ 6 ਸਾਲਾਂ ਦੀ ਬੱਚੀ ਪਿੰਡ ਦੇ ਵਿੱਚ ਦਹਿਸ਼ਤ ਦਾ ਸੋ ਵੱਡੀ ਖਬਰ ਹੈ 6 ਸਾਲਾਂ ਦੀ ਬੱਚੀ ਨੂੰ ਨਕਾਬਪੋਸ਼ ਸਕੂਟਰੀ ਤੇ ਸਵਾਰ ਕਰਦੇ ਬਾਹਰ ਚੁੱਕ ਕੇ ਫਰਾਰ ਹੋ ਗਏ ਨਾਗਰਾ ਲਿੰਕ ਸੜਕ ਤੇ ਦੁਪਹਿਰ ਸਮੇਂ ਵਾਪਰੀ ਘੜਨਾ ਦੀ ਕਬਰ ਪਿੰਡ ਵਿੱਚ ਜਗ ਅੱਗ ਜਿਹੜੀ ਜੰਗਲ ਦੀ ਉਸ ਦੇ ਵਾਂਗ ਫੈਲ ਗਈ ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੋਸਤੋ ਇਹ ਸਾਨੂੰ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਧੰਨਵਾਦ